ਬਹੁਤ ਮੰਦਭਾਗੀ ਘਟਨਾ ਹੋਈ ਆ ਅਤੇ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵੱਜੀ ਆ, ਗੱਡੀ ਜਿਹੜੀ ਬ੍ਰਿਜ ਆ ਗੱਡੀ ਦੱਸੀ ਜਾਂਦੀ ਉਹਦੇ ਖੜ੍ਹੀ ਆ ਗੱਡੀ ਥੱਲੇ ਅਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ, ਦਾਰੂ ਨਾਲ ਉਹ ਡੱਕਿਆ ਹੋਇਆ ਸੀਗਾ। ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਅਤੇ ਨੂੰਹ ਉਹਨਾਂ ਦੀ, ਅਤੇ ਮੌਕੇ 'ਤੇ ਮੌਤ ਹੋ ਗਈ ਆ। ਬਹੁਤ ਮੰਦਭਾਗੀ ਘਟਨਾ ਹੋਈ ਆ, ਅਸੀਂ ਕਹਿੰਦੇ ਹਾਂ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਬਣਦੀ ਕਾਰਵਾਈ ਕੀਤੀ ਜਾਵੇ, ਉਨਾ ਚਿਕਰ ਡੈੱਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਅਤੇ ਸਾਡੀ ਗੱਲ ਸੁਣੇ। ਇਹ ਐਕਸੀਡੈਂਟ ਹੋਇਆ ਜੀ, ਦੋਨੇ ਜਿਹੜੇ ਵਹੀਕਲ ਸੀਗੇ ਬਾਘੇ ਪਿੰਡ ਤੋਂ ਆ ਰਹੇ ਸੀ, ਮੋਟਰਸਾਈਕਲ ਅੱਗੇ ਰਹੇ ਸੀ, ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ। ਇਹ ਮੁੰਡਾ ਜੈਮਲ ਵਾਲੇ ਤੋਂ ਸੀਗਾ, ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ, ਕੁਲਦੀਪ ਕੌਰ ਨਾਲ ਬੱਚੇ ਸੀਗੇ। ਅੱਛਾ ਜੀ। ਅਤੇ ਉਹ ਮਤਲਬ ਕਿ ਜਾ ਰਹੇ ਸੀ ਉਹਦੇ ਨਾਲ ਕਿੱਧਰੋਂ, ਕਿਤੇ ਪਿੱਛੋਂ ਗੱਡੀ ਤੇਜ਼ ਸੀਗੀ ਥੋੜ੍ਹੀ, ਅਤੇ ਉਦੋਂ ਪੈਟਰੋਲ ਨਹੀਂ ਹੋਈ ਗੱਡੀ 'ਤੇ, ਉਹਦੇ ਉੱਪਰ ਚੜਾ। ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਈ ਸੀ ਬੰਦੇ ਜੀ। ਇਹ ਦਾਰੂ ਹੁਣ ਮੈਂ ਤਾਂ ਇੱਥੇ ਮੌਕੇ 'ਤੇ ਖੜ੍ਹਾ, ਹੁਣ ਮੈਂ ਉਹਦਾ ਉਹਦੇ ਮੁਲਾਜ਼ਾ ਕਰਾਊਂਗਾ ਤਾਂ ਪਤਾ ਲੱਗੂਗਾ ਵੀ ਦਾਰੂ ਪੀਤੀ, ਪਰ ਮੈਂ ਹੁਣ ਮੈਂ ਮੁਲਾਜ਼ਾ ਨਹੀਂ ਕਰਾਇਆ, ਮੈਂ ਕਲੀਅਰ ਨਹੀਂ ਕਹਿ ਸਕਦਾ, ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਉਹ ਲੋਕ ਕਹਿ ਰਹੇ ਆ ਵੀ ਉਹਦੀ ਦਾਰੂ ਪੀਤੀ ਸੀਗੀ। ਅਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ? ਮੈਂ ਬਾਅਦ 'ਚ ਆਇਆ, ਸ਼ਾਇਦ ਮਿਲੀ ਹੋਵੇ, ਪਰ ਮੈਂ ਬਾਅਦ ਦੇ ਵਿੱਚ ਆਇਆ, ਮੈਂ ਤਾਂ ਇੱਧਰ ਹੀ ਉਲਝ ਗਿਆ ਡੈੱਡ ਬਾਡੀਆਂ ਨੂੰ ਵੇਖਣ 'ਤੇ, ਕੋਈ ਵੀਡੀਓ। ਅੱਛਾ, ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ? ਨਹੀਂ, ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ, ਉਹ ਗੱਡੀ ਦੇ ਵਿੱਚ ਸ਼ਾਇਦ ਹੈ ਨਹੀਂ ਸੀਗੀ, ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ। ਅੱਛਾ, ਮਗਲੀ ਸਾਈਡ। ਅਤੇ ਜਿਹੜਾ ਇਹ ਗੱਡੀ ਵਾਲਾ, ਇਹ ਕਿੱਥੋਂ ਦਾ ਬੰਦਾ ਜਿਹੜਾ? ਇਹਦਾ ਮੈਨੂੰ ਨਾਂ ਨਹੀਂ ਪਤਾ ਹੈਗਾ, ਇਹ ਹੈਗਾ ਨਥੁਆਲੇ ਗਰਬੀ ਦਾ। ਉਹ ਜੀ ਇੱਧਰੋਂ ਪਿੰਡੋਂ ਆਉਂਦੇ ਸੀਗੇ ਚਾਰ ਜਣੇ, ਅਤੇ ਉਹ ਜਿਹੜਾ ਡਰਾਈਵਰ ਆ ਨੱਥੂ ਵਾਲੇ ਦਾ ਸੀਗਾ, ਉਹਨਾਂ ਦੀ ਡਰਿੰਕ ਕੀਤੀ ਹੋਈ ਸੀਗੀ, ਉਹਨਾਂ ਨੇ ਪਿੱਛੋਂ ਫੇਟ ਮਾਰੀ ਹੈ ਜੀ। ਚਾਰ ਜਣਿਆਂ ਦੀ ਡੈੱਥ ਹੋ ਗਈ, ਧਰਮਪ੍ਰੀਤ ਸਿੰਘ, ਕੁਲਦੀਪ ਕੌਰ ਅਤੇ ਦੋ ਬੱਚੇ ਸੀਗੇ। ਅਤੇ 2 ਘੰਟੇ ਹੋ ਗਈ, SHO ਸਾਹਿਬ ਇੱਥੇ ਆਏ ਨਹੀਂ ਹਜੇ ਤੱਕ। ਜਿੰਨਾ ਚਿਰ ਬਣਦੀ ਕਾਰਵਾਈ ਨਹੀਂ ਹੁੰਦੀ ਉਨਾ ਚਿਰ ਜਣੀ ਕਿ ਅਸੀਂ ਇੱਥੇ ਧਰਨਾ ਵੀ ਲਾਵਾਂ, ਜਿਹੜੀ ਬਣਦੀ ਕਾਰਵਾਈ ਉਹ ਕਰ ਦੇਣ, ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ। ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ, ਅਤੇ ਗੱਡੀ ਦੇ ਵਿੱਚ ਦਾਰੂ ਹੁਣ ਵੀ ਪਈ ਹੈ ਜੀ, ਦੋ ਪੇਟੀਆਂ ਪਈਆਂ। ਵੀ ਜਿਹੜਾ ਐਕਸੀਡੈਂਟ ਹੋਏ ਬੰਦੇ ਮਾਰੇ ਗਏ, ਕਿੱਥੋਂ ਦੇ ਰਹਿਣਾ ਸੀ? ਇਹ ਜੈਮਲ ਦੇ ਸੀ ਜੀ। ਕੀ ਨਾਂ ਸੀ? ਇੱਕ ਤਾਂ ਮੁੰਡੇ ਦਾ ਧਰਮਪ੍ਰੀਤ ਸੀਗਾ, ਹੋਟੀ ਦਾ ਨਾਂ ਸੀਗਾ ਕੁਲਦੀਪ ਕੌਰ, ਅਤੇ ਦੋ ਬੱਚੇ ਸੀ, ਇੱਕ 2.5 ਸਾਲਾਂ ਦਾ ਜੀ ਅਤੇ ਇੱਕ 1.25 ਮਹੀਨੇ ਦਾ ਸੀਗੇ। ਅਤੇ ਜਿਹੜੇ ਗੱਡੀ ਮਾਰੀ ਆ ਉਹ ਨੱਥੂਵਾਲ ਦਾ ਜੀ, ਦਾਰੂ ਪੀਤੀ ਸੀਗੀ, ਗੱਡੀ 'ਚ ਵੀ ਦਾਰੂ ਪਈ ਆ ਉਹਦੀ, ਡੱਕਿਆ ਦਰ ਨਾਲ ਪੈਰ ਨਹੀਂ ਲੱਗਦੇ ਸੀ ਉਹਦੇ, ਉਹ ਲਿਆਉਂਦਾ 50 ਕਿਲੋ ਦਾ ਫੜਕ ਨੂੰ ਘੱਟੋ ਘੱਟ। ਅਤੇ ਹੁਣ ਕਿੰਨੇ ਬੰਦਿਆਂ ਦੀ ਮੌਤ ਹੋਈ? 4 ਜਣਿਆਂ ਦੀ ਮੌਤ ਹੋ ਗਈ ਜੀ, ਦੀਵਾ ਹੀ ਗੋਲ ਹੋ ਗਿਆ ਜੀ, ਘਰਦਾ ਇਕੱਲਾ ਹੀ ਸੀ ਮਾਂ ਪਿਓ ਦਾ ਇਹ ਮੁੰਡਾ। ਅਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ? ਉਹ ਉੱਥੇ ਦਾਖਲਾ ਹੀ, ਉਹ ਵੀ ਮੁਲਾਜ਼ਮ ਲੈ ਗਏ, ਉਹ ਵੀ ਦਾਖਲ ਹੀ ਉੱਥੇ ਬਾਗੇ ਬਣਾ ਸਿਵਲ ਹਸਪਤਾਲ 'ਚ।